ਸਾਰੀ ਕਲੇਸ਼ੀਆਂ ਨੂੰ ਜੈ ਮਸੀਹ ਮੰਮਾ ਪਾਪਾ ਨੂੰ ਜੈ ਮਸੀਹ ਖੁਦਾ ਦੇ ਦਾਸਾਂ ਦਾਸੀਆਂ ਨੂੰ ਜੈ ਮਸੀਹ ਮੇਰੀ ਪਹਿਲਾਂ ਤਾਂ ਮੈਂ ਚਾਹੁੰਦੀ ਹਾਂ ਅੱਜ ਕੁਆਇਰ ਲਈ ਤਾੜੀਆਂ ਵਜਾਈਆਂ ਜਾਣ ਅੱਗ ਵਰਦੀ ਸੀ ਅੱਜ ਮੇਰੀ ਗਵਾਈ ਮੇਰੀ ਬੇਟੀ ਦੀ ਸਹੇਲੀ ਦੀ ਆ ਜਿੱਦਾਂ ਉਹ 3-4 ਮਹੀਨੇ ਹੋ ਗਏ ਮੈਂ ਕੰਮ ਤੋਂ ਆਈ ਸੀਗੀ ਤਾਂ ਮੇਰੀ ਬੇਟੀ ਵੀ ਉੱਥੇ ਨਲੀਗੋ ਹੀ ਸੀਗੀ ਮੈਨੂੰ ਬੱਸ ਨਹੀਂ ਮਿਲੀ ਕਹਿੰਦੀ ਮੰਮਾ ਅਸੀਂ ਖਾਣ ਚੱਲੇ ਉਹਨੇ ਅਚਾਨਕ ਹੀ ਗੱਲ ਕੀਤੀ ਕਹਿੰਦੀ ਵੀ ਸੋਨੀਆ ਨੇ ਤਾਂ ਕੁਛ ਖਾਧਾ ਨਹੀਂ ਹੈਗਾ ਮੈਂ ਹੀ ਖਾਧਾ ਮੈਂ ਕਿਹਾ ਕਿਉਂ ਕਹਿੰਦੀ ਉਹਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੈ ਮੈਂ ਕਿਹਾ ਫਿਰ ਤੈਨੂੰ ਸੰਗ ਨਹੀਂ ਲੱਗੀ ਉਹਦੇ ਮੂਹਰੇ ਬੈਠ ਕੇ ਖਾਂਦੀ ਨੂੰ ਲੈ ਕਹਿੰਦੀ ਹੁਣ ਉਹਨੇ ਨਹੀਂ ਖਾਣਾ ਤਾਂ ਮੈਂ ਵੀ ਨਹੀਂ ਖਾਣਾ ਹੈਗਾ ਵੀ ਉਹ ਤਾਂ ਹੁਣ ਕਿੰਨੀਆਂ ਚੀਜ਼ਾਂ ਨਹੀਂ ਖਾਂਦੀ ਹੈਗੀ ਮੇਰੇ ਮਨ ਨੂੰ ਬੜਾ ਦੁੱਖ ਜਿਹਾ ਲੱਗਾ ਵੀ ਜਿਹੜਾ ਬੰਦਾ ਆਪ ਇਸ ਪ੍ਰੋਬਲਮ 'ਚੋਂ ਨਿਕਲਿਆ ਹੋਵੇ ਉਹਨੂੰ ਪਤਾ ਹੁੰਦਾ ਆ ਅਤੇ ਅਗਲੇ ਦਿਨ ਮੈਂ ਚਰਚ ਆਈ ਅਤੇ ਮੈਂ ਬੇਟੀ ਰਵੀਨਾ ਤੋਂ ਉਹਦੇ ਲਈ ਪ੍ਰੇਅਰ ਰਿਕੁਐਸਟ ਲਿਖਾਈ ਅਤੇ ਬੋਕਸ ਵਿੱਚ ਪਾਈ ਹੁਣ ਬੇਟੀ ਬਹੁਤ ਹੱਦ ਤੱਕ ਖਾ ਪਾ ਰਹੀ ਆ ਹਾਲੇਲੂਯਾ ਸੋਨੀਆ ਨਾਮ ਹੈ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦੀ ਹਾਂ ਉਸ ਬੱਚੀ ਲਈ ਪ੍ਰੇਅਰ ਕਰਨਾ ਕਿ ਉਹਨੂੰ ਕੋਈ ਇੱਦਾਂ ਦੀ ਬਿਮਾਰੀ ਨਾ ਨਿਕਲੇ ਜਿਹੜਾ ਆਪਾਂ ਨਾਮ ਹੀ ਲੈਣਾ ਨਹੀਂ ਚਾਹੁੰਦੇ ਹੈਗੇ ਕਿਉਂਕਿ ਮੈਂ ਆਪਣੀ ਬੇਟੀਆਂ ਵਾਂਗੂ ਸਮਝਦੀ ਹਾਂ ਉਹਨੂੰ ਬਚਪਨ ਤੋਂ ਸਾਡੇ ਘਰ ਆਉਂਦੀ ਆ ਖੁਦਾ ਦਾ ਧੰਨਵਾਦ ਕਰਦੀ ਹਾਂ ਕਿ ਉਹ ਹੁਣ ਬਹੁਤ ਹੱਦ ਤੱਕ ਖਾ ਪੀ ਰਹੀ ਆ ਸਾਰਾ ਇੱਜ਼ਤ ਜਲਾਲ ਪ੍ਰਭੂ ਯਿਸੂ ਮਸੀਹ ਨੂੰ ਦਿੰਦੀ ਹਾਂ ਔਰ ਖੁਦਾ ਦੇ ਦਾਸਾਂ ਨੂੰ ਦਿੰਦੀ ਹਾਂ ਜਿਹੜੇ ਦਿਨ ਰਾਤ ਸਾਡੇ ਲਈ ਦੁਆਵਾਂ ਪ੍ਰੇਰਨਾ ਕਰਦੇ ਆ ਇਸ ਗਵਾਈ ਲਈ ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਸਾਰੀ ਕਲੀਸਿਆ ਨੂੰ ਜੈ ਮਸੀਹ ਦੀ ਹਾਲੇਲੂਯਾ ਜ਼ੋਰਦਾਰ